ਬਰਨਾਲਾ ਅੰਮ੍ਰਿਤਸਰ ਮੁੱਖ ਮਾਰਗ ਨੂੰ ਹਰਿਆ ਭਰਿਆ ਅਤੇ ਸਾਫ਼ ਸੁਥਰਾ ਰੱਖਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਨੂੰਹ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਬੋਹੜ ਪਿੱਪਲ ਅਤੇ ਨਿੰਮ ਦੇ ਪੌਦਿਆਂ ਦੀ ਤਰਵੇਣੀ ਲਗਾਈ ਗਈ ਜਿਸ ਨੂੰ ਲੈ ਕੇ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਅਲੋਪ ਹੋ ਰਹੇ ਰੁੱਖ ਲਗਾ ਕੇ ਇਹਨਾਂ ਦੀ ਸਾਂਭ ਸੰਭਾਲ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਆਓ ਵੇਖਦੇ ਹਾਂ ਸੁਖਨਾਮ ਸਿੰਘ ਦੀ ਇਹ ਰਿਪੋਰਟ। ਅਸੀਂ ਪਿਛਲੇ ਵੀਕ ਸ਼ੁਰੂਆਤ ਕੀਤੀ ਹੈ ਮੁਹਿੰਮ ਜਿਹੜੀ ਹੈ ਪਲਾਂਟੇਸ਼ਨ ਡਰਾਈਵ ਜਿਹੜੀ ਹੈ ਚਲਾਉਣ ਦੀ, ਕਿਉਂਕਿ ਸੀਜ਼ਨ ਹੈ ਇਸ ਵੇਲੇ ਵੈਦਰ ਆ ਅਤੇ ਜਿਹੜੀ ਸ਼ਹਿਰ ਦੀ ਅਸੀਂ ਸੁੰਦਰੀਕਰਨ ਦਾ ਵੀ ਚੱਲ ਰਿਹਾ, ਸਾਡੇ ਰੋਡਸ ਨਵੇਂ ਬਣੇ ਨੇ, ਅਸੀਂ ਚਾਹੁੰਦੇ ਹਾਂ ਕਿ ਉੱਥੇ ਰੁੱਖ ਵੀ ਵੱਧ ਤੋਂ ਵੱਧ ਲਗਾਏ ਜਾਣ, ਕਿਉਂਕਿ ਰੁੱਖਾਂ ਦੀ ਕਮੀ ਪੰਜਾਬ 'ਚ ਬਹੁਤ ਜ਼ਿਆਦਾ ਕਮੀ ਹੋ ਗਈ। ਅਸੀਂ ਫਤਿਹਗੜ੍ਹ ਚੂੜੀਆ ਰੋਡ 'ਤੇ ਸ਼ੁਰੂਆਤ ਕੀਤੀ ਹੈ, ਅੱਜ ਅਸੀਂ ਇਸ ਰੋਡ 'ਤੇ ਸ਼ੁਰੂਆਤ ਕੀਤੀ ਹੈ। ਇੱਥੇ ਅਸੀਂ ਇੱਕ ਚੁਕਰੇਸ਼ੀਆ ਦਾ ਲਗਾਇਆ, ਇੱਕ ਅਸੀਂ ਕਦਮ ਦਾ ਛਾਂ ਵਾਸਤੇ, ਜਿਹੜੇ ਛਾਂ ਵਾਸਤੇ ਹੁੰਦੇ ਇੱਕ ਜਿਹੜੀ ਸ਼ੁਰੂਆਤ ਅਸੀਂ ਕੀਤੀ ਹੈ ਹਲਕੇ ਦੇ ਵਿੱਚ। ਸਾਡੀ ਕੋਸ਼ਿਸ਼ ਹੋਏਗੀ ਕਿ ਆਉਣ ਵਾਲੇ ਟਾਈਮ 'ਚ ਅਸੀਂ ਵੱਧ ਤੋਂ ਵੱਧ ਤ੍ਰਿਵੇਣੀਆਂ ਲਾਈ, ਘੱਟੋ ਘੱਟ ਇੱਕ ਪਿੰਡ 'ਚ ਇੱਕ ਤ੍ਰਿਵੇਣੀ ਵੀ ਹੋਏ। ਸਾਡਾ ਟ੍ਰੈਡੀਸ਼ਨ ਹੈ, ਹਜ਼ਾਰਾਂ ਸਾਲ ਪੁਰਾਣਾ ਸਾਡਾ ਭਾਰਤ ਦਾ ਜਿਹੜਾ ਟ੍ਰੈਡੀਸ਼ਨ ਹੈ, ਜਿਹੜੇ ਸਾਡੇ ਨੇਟਿਵ ਟ੍ਰੀਜ਼ ਨੇ, ਨਿੰਮ, ਬੋਹੜ ਅਤੇ ਪਿੱਪਲ, ਸਾਡੇ ਆਪਣੇ ਸਾਡੇ ਨੇਟਿਵ ਨੇ, ਅਤੇ ਉਹਨਾਂ ਨੂੰ ਅਸੀਂ ਤ੍ਰਿਵੇਣੀ ਜਿਹੜੀ ਹੈ ਸਾਡੇ ਧਰਮ 'ਚ ਵੀ ਬੜੀ ਉਹਦੀ ਮਹੱਤਤਾ, ਪਰ ਸਾਇੰਟੀਫਿਕ ਮਹੱਤਤਾ ਵੀ ਬਹੁਤ ਜ਼ਿਆਦਾ ਉਹਦੀ। ਅਗਰ ਤੁਸੀਂ ਦੇਖੋਗੇ ਤਾਂ ਸਾਇੰਟੀਫਿਕ ਮਹੱਤਤਾ ਦੇ ਵਿੱਚ ਕੀ ਹੈ, ਇਹ ਜਿਹੜੀ ਨਿੰਮ ਔਰ ਨਿੰਮ ਤਾਂ ਸ਼ੁੱਧ ਕਰਦੀ ਵਾਤਾਵਰਨ ਨੂੰ ਬਹੁਤ ਵਧੀਆ, ਬੋਹੜ ਅਤੇ ਪਿੱਪਲ ਜਿਹੜੇ ਨੇ ਤੁਹਾਨੂੰ 24 ਆਵਰ ਆਕਸੀਜਨ ਦਿੰਦੇ, ਬਾਕੀ ਪਲੈਂਟਸ ਤੋਂ ਵੱਧ ਆਕਸੀਜਨ ਦਿੰਦੇ, ਔਰ ਤਿੰਨੋਂ ਦੇ ਮੈਡੀਸੀਨਲ ਵੈਲਿਊ ਵੀ ਹੈਗੀ ਤੁਸੀਂ ਅਗਰ ਪੜੋਗੇ ਉਹਦੇ ਵਿੱਚ। ਔਰ ਤਿੰਨੋਂ ਜਿਹੜੇ ਨੇ ਸਾਨੂੰ ਪੰਛੀਆਂ ਨੂੰ, ਐਨੀਮਲਸ ਨੂੰ, ਉਹਨਾਂ ਨੂੰ ਵੀ ਬਹੁਤ ਸ਼ੈਲਟਰ ਵੀ ਕਰਦੇ, ਕਿਉਂਕਿ ਵੱਡੇ ਰੁੱਖ ਨੇ ਅਤੇ ਜਦੋਂ ਅਸੀਂ ਉਹਨਾਂ ਨੂੰ ਪਲਾਂਟ ਕਰਦੇ, ਜਿਹੜੀ ਸਭ ਤੋਂ ਵੱਡਾ ਬੈਨੀਫਿਟ ਮੈਨੂੰ ਲੱਗਦਾ ਇਨਵਾਇਰਮੈਂਟ ਵਾਸਤੇ, ਸਾਡੇ ਚਾਰ ਸ਼ਫੇਰੇ ਵਾਸਤੇ, ਜਿਹੜੇ ਤ੍ਰਿਵੇਣੀ ਹੈ, ਲਾਈਫ ਸਪੈਨ ਜਿਹਨੂੰ ਅਸੀਂ ਰੁੱਖ ਦੀ ਉਮਰ ਵੀ ਕਹਿ ਲੈਂਦੇ ਹਾਂ, ਬੋਹੜ ਦੀ ਉਮਰ ਤਾਂ ਕਹਿੰਦੇ ਲਿਮਿਟਲੈਸ ਆ, ਬੋਹੜ 'ਤੇ ਕਿੰਨੇ ਵੀ ਹਜ਼ਾਰਾਂ ਸਾਲ ਵੀ ਜੀ ਸਕਦਾ, ਅਤੇ ਅਸੀਂ ਜੇ ਬੋਹੜ ਲਾਉਂਦੇ ਹਾਂ ਤਾਂ ਉਹ ਸਦਾ ਵਾਸਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਉਹ ਬੈਨੀਫਿਟ ਦਊਗਾ। ਪਿੱਪਲ 100 ਸਾਲ ਤੋਂ ਉੱਪਰ, ਨਿੰਮ ਕਹਿੰਦੇ ਕਿ 100 ਸਾਲ ਤੱਕ ਜੀ ਜਾਂਦੀ ਹੈ, ਨਿੰਮ ਦਾ ਵੀ ਕਾਫੀ ਲਾਈਫ ਸਪੈਨ ਹੈ, ਲਾਈਕ ਤੁਸੀਂ ਉਹਨੂੰ ਪੀੜ੍ਹੀਆਂ ਵਾਸਤੇ ਲਗਾਉਂਦੇ ਹੋ, ਅਤੇ ਬਹੁਤ ਸਾਰੇ ਬੈਨੀਫਿਟ ਨੇ ਤ੍ਰਿਵੇਣੀ ਦੇ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਟ੍ਰੈਡੀਸ਼ਨ ਖਤਮ ਹੋ ਗਿਆ ਉਹਨੂੰ ਵਾਪਸ ਵੀ ਲਿਆ ਜਾਏ, ਕਿਉਂਕਿ ਵਾਤਾਵਰਨ ਵਾਸਤੇ, ਸਾਡੇ ਇਨਵਾਇਰਮੈਂਟ ਵਾਸਤੇ, ਆਲਮੋਸਟ ਗਲੋਬਲ ਵਾਰਮਿੰਗ ਵਾਸਤੇ ਉਹ ਬਹੁਤ ਵਧੀਆ। ਅਤੇ ਸ਼ੁਰੂਆਤ ਕੀਤੀ ਹੈ, ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਵੱਧ ਤੋਂ ਵੱਧ ਤ੍ਰਿਵੇਣੀਆਂ ਲਗਾਈਆਂ। ਸਾਂਭ ਸੰਭਾਲ ਨੂੰ ਲੈ ਕੇ ਵੀ ਜ਼ਿੰਮੇਵਾਰੀ ਤੈਅ ਕਰਵਾਉਂਦੀ ਹੈ ਕਿ ਸਾਂਭ ਸੰਭਾਲ ਵੀ ਕਿੰਨੇ ਵਜੇ ਕਰ ਲਗਾਏ। ਇੱਥੇ ਫੋਰੈਸਟ ਵਾਲਿਆਂ ਨੇ ਸਾਨੂੰ ਆਸ਼ਵਾਸਨ ਦਿੱਤਾ, ਉਹ ਵੀ ਪੂਰਾ ਧਿਆਨ ਦੇਣਗੇ, ਸਾਡਾ ਇਸ ਮੁਹਿੰਮ 'ਚ ਸਾਥ ਦੇਣਗੇ। ਸ਼ਹਿਰ ਦੇ ਵਿੱਚ ਜਿਹੜੇ ਬੂਟੇ ਨੇ ਉਹਨਾਂ ਨੂੰ ਪਾਲਣ ਵਾਸਤੇ ਨਗਰ ਪੰਚਾਇਤ ਦੀ ਡਿਊਟੀ ਹੈ, ਨਗਰ ਪੰਚਾਇਤ ਦੇਖੂਗੀ ਇਹਨਾਂ ਦੇ ਪਾਣੀ ਦੀ ਸਾਂਭ ਸੰਭਾਲ ਦੀ ਸਾਰੀ ਜਿਹੜੀ ਹੈ ਨਗਰ ਪੰਚਾਇਤ। ਪਰ ਫੋਰੈਸਟ ਵਾਲੇ ਰਾਜਵੀਰ ਭਾਜੀ ਸਾਡੇ ਨਾਲ ਨੇ, ਰੇਂਜ ਅਫਸਰ ਸਾਡੇ ਨਾਲ ਨੇ, ਇਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਇਹ ਸਾਰੇ ਇੱਥੇ ਸਾਡੇ ਨਾਲ ਸਾਥ ਦੇਣਗੇ। ਅੱਜ ਕੱਲ੍ਹ ਤਰਵਾਣੀ ਲਗਾਈ ਗਈ ਹੈ ਜੀ, ਅਜੇ ਬਹੁਤ ਬੋਹੜ ਪਿੱਪਲ ਨਿੰਮ ਚਕਰੀਸ਼ੀਆ ਵਗੈਰਾ ਲਗਾਏ ਗਏ ਨੇ ਰੁੱਖ। ਅਸੀਂ ਹਰ ਪਿੰਡ ਨੂੰ ਆਪਣੇ ਸਰਕਾਰ ਦੀ ਸਕੀਮ ਅਧੀਨ ਆਪਣਾ 500 ਬੂਟਾ ਹਰ ਪਿੰਡ ਨੂੰ ਦੇ ਰਹੇ ਹਾਂ ਹਰਿਆਲੀ ਵਾਸਤੇ, ਉਸੇ ਪਾਲਣ ਦੀ ਜ਼ਿੰਮੇਵਾਰੀ ਵੀ ਪਿੰਡ ਦੀ ਪੰਚਾਇਤ ਲਗਾਈ ਗਈ ਹੈ। ਅਸੀਂ ਵੱਧ ਤੋਂ ਵੱਧ ਰੁੱਖ ਦੇ ਫ੍ਰੀ ਆਪਣਾ ਕੋਸਟ ਦੇ ਰਹੇ ਹਾਂ ਲੋਕਾਂ ਨੂੰ, ਰੁੱਖਾਂ ਨੂੰ ਪਾਲਣ ਵਾਸਤੇ ਅਪੀਲ, ਅਸੀਂ ਪਾਲ ਲੈਣੇ ਇਹਨਾਂ ਨੂੰ, ਇਹ ਅਪੀਲ ਆ ਵੀ ਆਪਣਾ ਲਗਾਉਣੇ ਸੌਖੇ ਆ, ਪਾਲਣੇ ਔਖੇ ਆ ਜੀ। ਲਗਾ ਕੇ ਪਾਲਣ 'ਚ 500 ਬੂਟਾ ਦਿੱਤਾ ਤਾਂ ਉਸ ਤੋਂ 400 ਵੀ ਪਲ ਜੇ ਤਾਂ ਵੀ ਬਹੁਤ ਹੈ ਜੀ।